ਮੈਂ ਸਾਰੇ ਪੱਤਰਕਾਰ ਵੀਰੋਂ, ਤੁਸੀਂ ਮੇਰੇ ਛੋਟੇ ਟਾਈਮ ਦੇ ਸੱਦੇ 'ਤੇ ਪਹੁੰਚੇ ਹੋ, ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਵੀਰੋ, ਤੁਹਾਨੂੰ ਪਤਾ ਹੀ ਆ ਮੈਂ 20 ਸਾਲ ਤੋਂ ਰਾਜਨੀਤਿਕ ਜੀਵਨ ਦੇ ਵਿੱਚ ਹਾਂ, ਔਰ ਮੈਂ ਪਹਿਲਾਂ ਕਾਂਗਰਸ ਦੇ ਵਿੱਚ ਬੜੀ ਨਿੱਠ ਕੇ ਸੇਵਾ ਕੀਤੀ। ਕੁਛ ਨਾਰਾਜ਼ੀਆਂ ਸੀਗੀਆਂ ਮਨ 'ਚ, ਉਹ ਛੱਡ ਕੇ ਮੈਂ BJP ਬਾਰੇ ਬੜਾ ਅੱਛਾ ਸੋਚ ਕੇ ਵੀ ਪੰਜਾਬ ਦਾ ਭਲਾ ਹੋਊਗਾ, ਡਬਲ ਇੰਜਨ ਸਰਕਾਰ ਬਣੂਗੀ, ਜਿਹੜਾ ਕਿ ਸਾਰੇ ਸੀਨੀਅਰ ਲੀਡਰ BJP ਦੇ ਕਹਿੰਦੇ ਸੀ, ਮੈਂ BJP ਜੁਆਇਨ ਕੀਤੀ ਸੀ ਬਿਨਾਂ ਕਿਸੇ ਸ਼ਰਤ ਦੀ। ਚਲੋ, ਧਰਮਕੋਟ ਸੀਟ PLC ਦੇ ਖਾਤੇ ਆ ਗਈ ਅਤੇ ਮੈਨੂੰ ਟਿਕਟ ਮਿਲੀ, ਮੈਂ ਇਲੈਕਸ਼ਨ ਵੀ ਲੜਿਆ, ਪਰ ਲੋਕਾਂ ਨੇ BJP ਨੂੰ ਵੋਟ ਨਹੀਂ ਪਾਈ। ਚਲੋ, ਮੈਂ ਐਜ਼ ਏ ਵਰਕਰ ਕਰਿਆ ਕਰਤਾ BJP ਦੇ ਵਿੱਚ ਕੰਮ ਕਰਦਾ ਰਿਹਾ, ਵੀ ਲੱਗਦਾ ਸੀ ਵੀ BJP ਵਾਲੇ ਪੰਜਾਬ ਪ੍ਰਤੀ ਸੁਹਿਰਦ ਹੋਣਗੇ, ਕੋਈ ਅੱਛੀਆਂ ਪੋਲਿਸੀਆਂ ਬਣਾਉਣਗੇ। ਪੰਜਾਬ ਖੇਤੀ ਆਧਾਰਿਤ ਸੂਬਾ, ਵੀ ਸੈਂਟਰ ਦੇ ਵਿੱਚ ਸਰਕਾਰ ਆ, ਕੋਈ ਕਿਸਾਨਾਂ ਨੂੰ ਰਾਹਤ ਦਿੱਤੀ ਜਾਊਗੀ, ਕਰਜ਼ੇ ਮਾਫ਼ ਕੀਤੇ ਜਾਣਗੇ। ਪਰ ਮੈਂ ਜੋ ਕਦੇ ਸਾਤੋਂ ਫੀਡਬੈਕ ਵੀ ਮੰਗਦੇ ਸੀ, ਬੜੀ ਮੈਂ ਪੋਜ਼ਿਟਿਵ ਫੀਡਬੈਕ ਦਿੰਦਾ ਸੀ ਆਪਣੇ ਵੱਲੋਂ, ਪਰ ਕੋਈ ਵੀ ਸੁਧਾਰ ਨਹੀਂ ਆਇਆ। ਜਦੋਂ ਹੁਣ ਕਿਸਾਨ ਆਪਣੀਆਂ ਵਾਜਬ ਮੰਗਾਂ ਵਾਸਤੇ ਦਿੱਲੀ ਨੂੰ ਜਾ ਰਹੇ ਸੀ, ਜਿਸ ਤਰ੍ਹਾਂ ਹਰਿਆਣੇ ਸਰਕਾਰ ਨੇ ਔਰ ਪੈਰਾਮਿਲਟਰੀ ਫੋਰਸਿਸ ਨੇ ਉਹਨਾਂ ਨੂੰ ਰੋਕਿਆ ਅਤੇ ਕਿਸਾਨਾਂ 'ਤੇ ਅੰਨਾ ਤਸ਼ੱਦਦ ਢਾਇਆ, ਮੇਰੇ ਤੋਂ ਇਹ ਗੱਲ ਬਰਦਾਸ਼ਤ ਨਹੀਂ ਹੋਈ। ਮੈਂ ਥੋੜ੍ਹਾ ਜਿਹਾ ਜਜ਼ਬਾਤੀ ਜਿਹਾ ਬੰਦਾ, ਅਤੇ ਮੈਂ ਆਖਿਆ ਵੀ ਇਹੋ ਜਿਹੀ ਪਾਰਟੀ ਦੇ ਵਿੱਚ ਨਹੀਂ ਰਹਿਣਾ ਜਿੱਥੇ ਸਾਡੇ ਭਰਾ ਕੁੱਟੇ ਜਾਣ, ਸਾਡੇ ਬਜ਼ੁਰਗਾਂ ਦੀਆਂ ਪੱਗਾਂ ਲੱਥਣ, ਅਤੇ ਬਾਰਡਰਾਂ ਦੇ ਉੱਤੇ ਇਸ ਤਰ੍ਹਾਂ ਦਾ ਵਿਹਾਰ ਕਰ ਰਹੇ ਆ ਜਿਵੇਂ ਅਸੀਂ ਕਿਸੇ ਹੋਰ ਦੇਸ਼ 'ਤੇ ਦੀ ਰਾਜਧਾਨੀ ਦੇ ਵਿੱਚ ਜਾਣਾ ਹੋਵੇ। ਇਹ ਡੈਮੋਕ੍ਰੇਸੀ ਆ, ਇੱਥੇ ਡੈਮੋਕ੍ਰੇਟਿਕ ਢੰਗ ਨਾਲ ਕਿਸੇ ਨੂੰ ਵੀ ਆਪਣਾ ਪ੍ਰੋਟੈਸਟ ਕਰਨ ਦਾ ਅਧਿਕਾਰ ਆ। ਅਸੀਂ ਉਸ ਅਧਿਕਾਰ ਤੋਂ ਵੀ ਵਾਂਝੇ ਕਰ ਦਿੱਤੇ ਆ ਮੋਦੀ ਸਾਹਿਬ ਦੀ ਸਰਕਾਰ ਨੇ, ਖੱਟੜ ਸਾਹਿਬ ਦੀ ਸਰਕਾਰ ਨੇ। ਇਹਨਾਂ ਚੀਜ਼ਾਂ ਨੂੰ ਮੈਂ ਧਿਆਨ 'ਚ ਰੱਖਦੇ ਹੋਏ ਅੱਜ BJP ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਾ, ਔਰ ਜਿਹੜਾ ਮੇਰੇ ਕਨਵੀਨਰ ਦਾ ਅਹੁਦਾ ਮੇਰੇ ਕੋਲ ਧਰਮਕੋਟ ਦਾ, ਮੈਂ ਉਹ ਛੱਡ ਰਿਹਾ ਅਤੇ ਪਾਰਟੀ ਨੂੰ ਅਲਵਿਦਾ ਕਹਿ ਰਿਹਾ। ਅਗਲੀ ਪਾਰਟੀ ਬਾਰੇ ਤੁਸੀਂ ਸੋਚਿਆ ਕਿੱਦਾਂ ਜਾਣਾ? ਉਹ ਮੈਂ ਆਪਣੇ ਦੋਸਤਾਂ ਨਾਲ, ਪਰਿਵਾਰਕ ਮੈਂਬਰਾਂ ਨਾਲ ਸਲਾਹ ਕਰਕੇ ਬਾਅਦ ਦੇ ਵਿੱਚ ਫੈਸਲਾ ਲੈਣਾ ਵੀ ਮੈਂ ਕਿਹੜੀ ਪਾਰਟੀ ਜੁਆਇਨ ਕਰਨੀ। ਕਹਿ ਸਕਦਾ ਕਾਂਗਰਸ ਵਾਪਸੀ ਹੋ ਸਕਦੀ ਹੈ ਦੁਬਾਰਾ? ਨਹੀਂ, ਇਹ ਨਹੀਂ ਹਜੇ ਗੱਲ। ਜੇ ਮੇਰੇ ਭੈਣ ਭਾਈ ਕਹਿਣਗੇ, ਅਕਾਲੀ ਦਲ ਜੇ ਕੋਈ ਭੈਣ ਭਾਈ ਕਹੂਗਾ, ਮੇਰੇ ਦੋਸਤ ਕਹਿਣਗੇ ਆਪ ਜਾਂ ਕਾਂਗਰਸ, ਇਹ ਡਿਸਾਈਡ ਮੈਂ ਬਾਅਦ ਦੇ ਵਿੱਚ ਕਰੂੰਗਾ। 2022 ਦੇ ਚੋਣਾਂ ਲੜ ਰਹੇ ਸੀ ਤੁਸੀਂ PCL ਵੱਲ? ਹਾਂਜੀ। ਉਸ ਵੇਲੇ PL ਉਸ ਵੇਲੇ ਤੁਹਾਡਾ ਅਲਾਇੰਸ ਸੀਗਾ BJP ਦੇ ਨਾਲ ਕਿ BJP ਜੁਆਇਨ ਕਰ ਗਏ? ਨਹੀਂ ਜੀ, ਮੈਂ ਪਹਿਲਾਂ BJP ਜੁਆਇਨ ਕਰ ਲਏ ਅਸੀਂ December 2021 ਦੇ ਵਿੱਚ, ਫਿਰ ਇਹ ਸੀਟ PLC ਦੇ ਖਾਤੇ ਪੈ ਗਈ। ਕੈਪਟਨ ਅਮਰਿੰਦਰ ਸਿੰਘ ਨੇ ਮੈਨੂੰ ਅਪਰੋਚ ਕੀਤਾ ਵੀ ਤੂੰ ਇਲੈਕਸ਼ਨ ਲੜਨਾ, ਮੈਂ ਕਿਹਾ ਜੀ ਮੈਂ ਤਾਂ BJP ਜੁਆਇਨ ਕਰ ਲਿਆ, ਜੇ ਮੈਨੂੰ ਅਲਾਓ ਕਰਾ ਦੋਗੇ BJP ਵੱਲੋਂ, BJP ਵਾਲੇ ਕਰ ਕਹਿ ਦੇਣ ਲੜ ਲਾ ਇਲੈਕਸ਼ਨ, ਮੈਨੂੰ ਕੋਈ ਇਤਰਾਜ਼ ਨਹੀਂ, ਸਾਨੂੰ ਪਾਰਟੀ ਨੂੰ ਕੋਈ ਇਤਰਾਜ਼ ਨਹੀਂ, ਤਾਂ ਮੈਂ ਇਲੈਕਸ਼ਨ ਲੜ ਦੂੰਗਾ। ਅਤੇ ਇਹਨਾਂ ਨੇ ਅਲਾਓ ਕਰਤਾ ਸੀ ਅਤੇ ਮੈਂ ਕੈਪਟਨ ਸਾਹਿਬ ਦੀ ਸਿੰਬਲ 'ਤੇ ਇਲੈਕਸ਼ਨ ਲੜਿਆ ਸੀ। ਹਾਂਜੀ, BJP ਦਾ ਮੇਰੇ ਕੋਲ ਨਹੀਂ ਸੀ ਜਦੋਂ ਕਿ ਮੈਂ ਜੁਆਇਨ, ਮੈਂ BJP ਕਰ ਚੁੱਕਿਆ ਸੀ ਉਸ ਟਾਈਮ। ਮੇਨ ਕਾਰਨ ਕਿਸਾਨੀ ਸੰਘਰਸ਼ ਹੈ ਜੀ। ਚਲੋ, ਮਾੜਾ ਮੋਟੇ ਹੋਰ ਪਾਰਟੀ ਦੇ ਵਿੱਚ ਹੁੰਦੇ ਆ ਮਸਲੇ, ਉਹ ਮੇਨ ਕੋਈ ਐਡੀ ਗੱਲ ਨਹੀਂ ਹੁੰਦੀ, ਪਰਿਵਾਰ ਦੇ ਵਿੱਚ ਚੱਲਦਾ ਰਹਿੰਦਾ, ਮੇਨ ਕਿਸਾਨੀ ਦਾ ਵੀ ਜੋ ਜਿਸ ਤਰ੍ਹਾਂ ਤੁਸੀਂ ਕਿਸਾਨਾਂ ਨੂੰ ਲੈ ਕੇ ਉਹਨਾਂ ਦੇ ਸਮਰਥਨ 'ਚ ਪਾਰਟੀ ਛੱਡ ਰਹੇ ਹੋ, ਹਾਂਜੀ, ਉਹਨਾਂ ਦੇ ਨਾਲ ਹੁਣ ਉੱਥੇ ਜਾ ਕੇ ਬਾਰਡਰ 'ਤੇ ਖੜੋਗੇ ਵੀ? ਜਾਣਾ ਪਿਆ, ਮੈਂ ਜਾਊਂਗਾ ਜੀ, ਮੇਰੇ ਕੱਲ੍ਹ ਨੂੰ ਦੋਸਤ ਤਾਂ ਜਾ ਰਹੇ ਆ, ਮੇਰੇ ਟੀਮ ਦੇ ਮੈਂਬਰ,
ਪਰ ਮੈਂ ਕਿਸੇ ਨਿੱਜੀ ਘਰੇਲੂ ਰਝੇਵੇਂ ਕਰਕੇ ਕੱਲ੍ਹ ਨਹੀਂ ਜਾ ਰਿਹਾ, ਉਸ ਤੋਂ ਬਾਅਦ ਮੈਂ ਜ਼ਰੂਰ ਜਾਊਂਗਾ। ਕਿਸੇ ਕਿਸਾਨ ਆਗੂ ਨਾਲ ਗੱਲ ਹੋਈ ਤੁਹਾਡੀ? ਨਹੀਂ, ਮੈਂ ਕਿਸੇ ਕਿਸਾਨ ਆਗੂ ਦੇ ਨਾ ਪ੍ਰੇਰਨਾ ਕਰਕੇ ਨਾ ਕਿਸੇ ਦੇ ਕਹਿਣ 'ਤੇ, ਇਹ ਮੈਂ ਆਪਣੀ ਕੌਨਸ਼ੀਅਸ ਨਹੀਂ ਮੇਰੀ ਅਲਾਓ ਕੀਤੀ ਵੀ ਮੈਂ ਹੁਣ ਪਾਰਟੀ 'ਚ ਰਹਾਂ। ਮੈਂ ਸਿਰਫ ਇਹ ਮੇਰਾ ਆਪਣਾ ਨਿੱਜੀ ਫੈਸਲਾ। ਬੀਜੇਪੀ ਦਾ ਪਿੰਡਾਂ 'ਚੋਂ ਵਿਰੋਧ ਹੋਊ ਉਹਦੇ ਕਰਕੇ ਤੁਸੀਂ ਛੱਡ ਰਹੇ ਹੋ? ਨਹੀਂ, ਵਿਰੋਧ ਹੋਵੇ ਨਾ ਹੋਵੇ, ਜਦੋਂ ਮੈਂ ਛੱਡ ਹੀ ਦਿੱਤਾ ਜੀ, ਵਿਰੋਧ ਤਾਂ ਹੋਣਾ ਹੀ ਆ, ਓਬਵੀਅਸਲੀ ਹੈ, ਤਾਂ ਵੀ ਵਿਰੋਧ ਤਾਂ ਹੋਊਗਾ ਪਿੰਡਾਂ ਦੇ ਵਿੱਚ।